ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਨਾਨਗਰ ਵਿੱਚ ਕੀਤੀ ਰੈਲੀ। ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭੁਲੱਥ ਵਿੱਚ ਕੀਤੀ ਲੋਕ ਮਿਲਣੀ। ਸੁਖਪਾਲ ਸਿੰਘ ਖਹਿਰਾ ਤੇ ਸਾਧੇ ਨਿਸ਼ਾਨੇ। ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਦੌਰ ਜ਼ੋਰ ਸ਼ੋਰ ਨਾਲ ਜਾਰੀ। ਉਮੀਦਵਾਰ ਕਰ ਰਹੇ ਨੇ ਆਪੋ ਆਪਣੀ ਜਿੱਤ ਦਾ ਦਾਅਵਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਦੀਨਾਨਗਰ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਗੁਰਦਾਸਪੁਰ ਤੇ ਬੀਜੇਪੀ ਦਾ ਰਿਸ਼ਤਾ ਬਹੁਤ ਖਾਸ ਹੈ। ਉਹਨਾਂ ਕਿਹਾ ਕਿ ਉਹ ਆਪਣੇ ਤੀਜੇ ਕਾਰਜਕਾਲ ਵਿੱਚ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉਤਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕ ਬੀਜੇਪੀ ਨੂੰ ਵੋਟ ਪਾਉਣ ਕਿਉਂਕਿ ਬੀਜੇਪੀ ਦੀ ਸਰਕਾਰ ਬਣਨਾ ਤੈਅ। ਇਸ ਮੌਕੇ ਉਹਨਾਂ ਕਿਹਾ ਕਿ ਇੱਕ ਪਾਸੇ NDA ਦੇ 10 ਸਾਲਾਂ ਕੰਮਾਂ ਦਾ ਰਿਕਾਰਡ ਹੈ ਤੇ ਦੂਜੇ ਪਾਸੇ ਇੰਡੀਆ ਗਠਜੋੜ ਹੈ ਜੋ ਜਾਤ ਪਾਤ ਦੀ ਗੱਲ ਕਰਦਾ ਹੈ। ਇਸ ਮੌਕੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਸ਼ਬਦੀ ਵਰ ਕੀਤੇ। ਗੁਰਦਾਸਪੁਰ ਦਾ ਤੇਜ਼ ਵਿਕਾਸ ਹੋ, ਪੰਜਾਬ ਦਾ ਤੇਜ਼ ਵਿਕਾਸ ਹੋ ਔਰ ਦੇਸ਼ ਦਾ ਤੇਜ਼ ਵਿਕਾਸ ਹੋ, ਆਪਣੇ ਤੀਸਰੇ ਕਾਰਜਕਾਲ ਮੈਂ ਆਪਕੀ ਉਮੀਦੋਂ ਪਰ ਖਰਾ ਉਤਰੂ। ਇਸ ਲਈ ਮੈਂ ਆਪਸੇ ਆਸ਼ੀਰਵਾਦ ਮੰਗਣੇ ਆਇਆ ਹੂੰ। 2024 ਕਾ ਚੁਣਾਵ ਯੇ ਦੇਸ਼ ਕੋ ਨੇਤ੍ਰਤਵ ਦੇਣੇ ਕਾ ਚੁਣਾਵ ਹੈ। ਆਜ ਏਕ ਔਰ ਬੀਜੇਪੀ ਔਰ NDA ਹੈ। ਵਿਕਸਿਤ ਭਾਰਤ ਕਾ ਸਪਸ਼ਟ ਵਿਜਨ ਹੈ, ਰਾਸ਼ਟਰ ਪ੍ਰਥਮ ਕਾ ਸੰਕਲਪ ਹੈ, 10 ਸਾਲ ਕਾ ਟ੍ਰੈਕ ਰਿਕਾਰਡ ਹੈ, ਭ੍ਰਿਸ਼ਟਾਚਾਰ ਪਰ ਕੜਾ ਪ੍ਰਹਾਰ ਹੈ ਔਰ ਦੂਸਰੀ ਓਰ ਇੰਡੀ ਗਠਬੰਧਨ ਹੈ, ਗੌਰ ਸੰਪ੍ਰਦਾਇਕ, ਗੌਰ ਜਾਤੀਵਾਦੀ, ਗੌਰ ਪਰਿਵਾਰਵਾਦੀ। ਇਹ ਕਾਂਗਰਸ ਝਾੜੂ ਵਾਲੇ, ਇਹ ਇੰਡੀ ਗਠਬੰਧਨ ਕੇ ਲੋਕ, ਇਹ ਦੇਸ਼ ਕੀ ਜਨਤਾ ਕੋ ਪਤਾ ਨਹੀਂ ਕਿਆ ਸਮਝਤੇ ਹੈ? ਕਿਆ ਦੇਸ਼ ਕੀ ਜਨਤਾ ਸਮਝਦਾਰ ਹੈ ਐਸਾ ਉਨਕੋ ਲਗਤਾ ਨਹੀਂ ਹੈ ਕਿਆ? ਆਏ ਦਿਨ ਜਨਤਾ ਕੋ ਮੂਰਖ ਬਣਾਨੇ ਕੇ ਲਿਏ ਭਾਂਤੀ ਭਾਂਤੀ ਕੇ ਖੇਲ ਖੇਲ ਰਹੇ। ਅਬ ਆਪ ਦੇਖੀਏ, ਇਹ ਲੋਕ ਦਿੱਲੀ ਮੈਂ ਦੋਸਤ ਹੋਣੇ ਕਾ ਦਿਖਾਵਾ ਕਰਤੇ ਹੈ, ਭ੍ਰਿਸ਼ਟਾਚਾਰੀਓ ਕੋ ਬਚਾ ਰਹੇ ਹੈ ਔਰ ਯਹਾਂ ਪੰਜਾਬ ਮੈਂ ਇੱਕ ਦੂਸਰੇ ਕੋ ਗਾਲੀ ਦੇ ਰਹੇ ਹੈ। ਮੈਂ ਪੰਜਾਬ ਕੇ ਲੋਕੋ ਸੇ ਵੀ ਪ੍ਰਾਰਥਨਾ ਕਰਤਾ ਹੂੰ ਕਿ ਆਪ ਆਪਣਾ ਵੋਟ ਬਰਬਾਦ ਮਤ ਹੋਣੇ ਦੀਜੀਏ, ਬੀਜੇਪੀ ਕੋ ਵੋਟ ਦੀਜੀਏ, ਸਰਕਾਰ ਬਣਨਾ ਤੈਅ ਹੈ। ਇਹ ਮੋਦੀ ਹੈ ਜਿਸਨੇ ਸਿੱਖ ਦੰਗੋ ਕੀ ਫਾਈਲੇ ਖੁਲਵਾਈ, ਇਹ ਮੋਦੀ ਹੈ ਜਿਸਨੇ ਆਰੋਪੀਓ ਕੋ ਸਜ਼ਾ ਦਿਲਵਾਈ,
आज भी कांग्रेस को, झाड़ू वाली पार्टी को इस बात की तकलीफ है, इसलिए लोग मोदी को दिन रात गालियां देते फिरते हैं। दुर्भाग्य से आज भी पंजाब को रिमोट से चलाने की कोशिश हो रही है। दिल्ली के दरबारी पंजाब चला रहे हैं, पंजाब के सीएम वो अपने आप से एक फैसला नहीं ले सकते, इनके मालिक जेल गए, पंजाब की सरकार ठप पड़ने लगी। पंजाब की सरकार ठप पड़ने लगी, यहां के मुख्यमंत्री सरकार चलाने के लिए, पंजाब की सरकार चलाने के लिए, नए ऑर्डर लेने के लिए उनको तिहाड़ जेल जाना पड़ा। मालिक के सामने जाकर के उनको अपना रिपोर्ट कार्ड देना पड़ा, उनसे आदेश लेना पड़ा। आपको पता है 1 जून के बाद कट्टर भ्रष्टाचारी फिर जेल जाएंगे। क्या फिर पंजाब की सरकार जेल से चलेगी क्या? आपको ऐसी सरकार मंजूर है क्या? ऐसी पद्धति मंजूर है क्या? ये पंजाब का अपमान है कि नहीं है? ये वीर भूमि का अपमान है कि नहीं है? ये गुरुओं की भूमि का अपमान है कि नहीं है? क्या ये पंजाब के भविष्य को दांव पर लगाने की बात है या नहीं है? आज पंजाब जिस स्थिति में है उससे बाहर निकालने के लिए मैं पंजाब वासियों से प्रार्थना करने आया हूं, और मैं आज आपको आग्रह करके आपसे कुछ मांगने आया हूं। पंजाब के उज्जवल भविष्य के लिए, देश के उज्जवल भविष्य के लिए इस बार पंजाब ज्यादा से ज्यादा बीजेपी के सांसद चुन करके भेजे। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਭੁਲੱਥ ਵਿੱਚ ਲੋਕ ਮਿਲਣੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਇਸ ਵਾਰ ਦੀ ਚੋਣ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 2 ਸਾਲਾਂ ਦੇ ਕੰਮ ਗਿਣਵਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਬਿਨਾਂ ਕਿਸੇ ਵਿਤਕਰੇ ਦੇ ਪੰਜਾਬ ਦੇ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ। ਆਮ ਲੋਕਾਂ ਦੀ ਸਹੂਲਤ ਲਈ ਬਿਜਲੀ ਮੁਫ਼ਤ ਕੀਤੀ ਹੈ ਅਤੇ ਕਿਸਾਨਾਂ ਲਈ ਦਿਨ ਵਿੱਚ ਹੀ ਬਿਨਾਂ ਕੱਟ ਲਾਏ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਹੈ। ਇਸ ਤਰ੍ਹਾਂ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਵੀ ਖਰੀਦਿਆ। ਉਹਨਾਂ ਦਾਅਵਾ ਕੀਤਾ ਕਿ ਇਸ ਨਾਲ ਬਿਜਲੀ ਦਾ ਉਤਪਾਦਨ ਕਾਫੀ ਵਧੇਗਾ ਅਤੇ ਬਿਜਲੀ ਸਸਤੀ ਹੋਵੇਗੀ। ਬਹੁਤ ਇੱਜ਼ਤ ਤੇ ਅਣਖ ਵਾਲੀ ਇਲੈਕਸ਼ਨ ਆ ਗਈ। ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਸੰਵਿਧਾਨ ਬਚਾਉਣ ਵਾਲੀ ਇਲੈਕਸ਼ਨ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਪੰਜਾਬੀਓ। ਇਹ ਸੰਵਿਧਾਨ ਬਦਲ ਦੇਣਗੇ, ਵੋਟਾਂ ਪੈਣੀਆਂ ਹੀ ਨਹੀਂ ਫਿਰ ਸਾਰੀ ਜ਼ਿੰਦਗੀ। ਇੱਥੇ ਰਾਸ਼ਟਰਪਤੀ ਵਾਲਾ ਕੰਮ ਹੋ ਜਾਊਗਾ ਜਿਵੇਂ ਪੂਤਿਨ ਵਾਲਾ ਕੰਮ ਹੈ ਰੂਸ ਦੇ ਵਿੱਚ, ਰਸ਼ੀਆ 'ਚ। ਵੋਟਾਂ ਖਤਮ ਹੀ ਕਰਤੀ ਨੇ,
ਬਹੁਤ ਮਾੜੇ ਇਰਾਦੇ ਨੇ, ਨਫ਼ਰਤ ਦੀ ਰਾਜਨੀਤੀ ਕਰਦੇ ਆ, ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਆ। ਪਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਪੰਜਾਬ 'ਚ ਨਾ ਇਹ ਕੋਸ਼ਿਸ਼ ਕਰਿਓ ਬੀਜੇਪੀ ਵਾਲਿਓ, ਪੰਜਾਬ 'ਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਗੇ। ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਹੈ। ਉਹ ਸਾਡੀਆਂ ਈਦਾਂ, ਸਾਡੀਆਂ ਸੰਗਰਾਂਦਾਂ, ਉਹ ਸਾਡੀਆਂ ਹਨੂੰਮਾਨ ਜੈਨਤੀਆਂ, ਸਾਡੇ ਗੁਰਪੁਰਬ, ਸਾਡੀਆਂ ਕ੍ਰਿਸਮਸਾਂ ਸਾਂਝੀਆਂ ਨੇ, ਅਸੀਂ ਇਕੱਠੇ ਮਨਾਉਂਦੇ ਹਾਂ ਸਾਰੇ। ਇਸ ਕਰਕੇ ਪੰਜਾਬ ਨਾਲੇ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ ਵੀਰੋ। ਪੰਜ ਗੇੜ ਹੋ ਗਏ, ਪੰਜਾਂ ਗੇੜਾਂ 'ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਦਾ, ਮੋਦੀ ਗਿਆ। ਇੰਡੀਆ ਗਠਬੰਧਨ ਦੀ ਸਰਕਾਰ ਆ ਰਹੀ ਹੈ, ਉਹਦੇ 'ਚ ਆਪਣੇ ਪੰਜਾਬ ਤੋਂ 13, ਫਿਰ ਕੁਰੂਕਸ਼ੇਤਰ 14, ਫਿਰ ਦਿੱਲੀ ਤੋਂ, ਫਿਰ ਗੁਜਰਾਤ ਤੋਂ 2 ਵੀਰੋ ਆਪਣੇ ਉੱਥੇ ਹੋਣਗੇ। ਹੁਣ 20-25 ਅਤੇ 10 ਪਹਿਲੇ ਹੀ ਨੇ ਰਸ ਵਾਲੇ, ਆਪਣੇ ਹੋਣਗੇ 35-40। ਜਦੋਂ 35-40 ਇਨਕਲਾਬੀ ਉੱਥੇ ਹੋਏ ਅਤੇ ਪੰਜਾਬ ਦੇ ਹੱਕ 'ਚ ਜਦੋਂ 13 ਦੇ 13 ਨੇ ਅਤੇ 10 ਦੇ 10 ਨੇ ਆਵਾਜ਼ ਚੱਕੀ, ਮਾਈ ਦੇ ਲਾਲ ਦੀ ਕਿਸੇ ਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਵੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਾਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਉੱਤੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਦਾਅਵਾ ਕੀਤਾ ਕਿ ਖਹਿਰਾ ਨੇ 2018 ਵਿੱਚ ਆਪਣੇ 10 ਟਿਊਬਵੈੱਲਾਂ ਦੀ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਸੋਸ਼ਲ ਮੀਡੀਆ 'ਤੇ ਕੀਤਾ ਸੀ, ਪਰ ਉਹਨਾਂ ਨੇ ਨਾ ਤਾਂ ਇਸ ਲਈ ਫਾਰਮ ਭਰੇ ਅਤੇ ਨਾ ਹੀ ਸਬਸਿਡੀ ਛੱਡੀ ਹੈ। ਉਹਨਾਂ ਦਾਅਵਾ ਕੀਤਾ ਕਿ ਖਹਿਰਾ ਲੋਕ ਸਭਾ ਚੋਣ ਹਾਰਨਗੇ ਅਤੇ ਸਿਰਫ ਵਿਧਾਇਕ ਵਜੋਂ ਹੀ ਵਿਚਰਨਗੇ। ਸਭਾ 2 ਸਾਲ ਹੋ ਗਏ, 1 ਰੁਪਈਏ ਦੀ ਮੇਰੇ 'ਤੇ ਕੋਈ ਇਲਜ਼ਾਮ ਲਾ ਕੇ ਦਿਖਾ ਦਿਓ। 1 ਰੁਪਈਆ ਸਮਝੋ, ਰੁਪਈਆ ਨਹੀਂ ਹੈਗਾ, ਸਲਫਾਸ ਦੀ ਗੋਲੀ ਆ ਉਹ। 1 ਰੁਪਈਏ ਤੜਕੀ ਗਾਲਾਂ ਕੱਢਣ ਲੱਗ ਜਾਂਦੇ, ਆਹ ਤੁਹਾਡੇ ਵਾਲਾ ਤਾਂ ਜ਼ਿਆਦਾ ਕੱਢਦਾ। ਉਹ ਤੁਹਾਡਾ MLA ਕਿੱਥੇ ਹੈ? ਤੁਹਾਡਾ MLA ਕਿੱਥੇ ਹੈ ਜੀ? ਉੱਧਰ ਕਿੱਧਰ ਫਿਰਦਾ ਉਹ? ਹੁਣ ਮੈਂ ਇਹ ਨਹੀਂ ਕਹਿੰਦਾ, ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ MLA ਸਾਨੂੰ ਧੋਖਾ ਦੇ ਜੂ, ਸਾਨੂੰ ਛੱਡ ਜੂ। ਛੱਡੂ ਤਾਂ ਜੇ ਉੱਥੋਂ ਜਿੱਤੂ, ਤੁਹਾਡੇ ਕੋਲ ਹੀ ਰਹੂਗਾ। ਇਸ ਗੱਲ ਦੀ ਗਰੰਟੀ ਲੈਣਾ, ਤੁਹਾਡੇ ਕੋਲ ਹੀ ਰਹੂਗਾ, ਇੱਥੇ ਹੀ ਹੋਊਗਾ। ਮੁੜ ਕੇ ਆਊਗਾ, ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ, ਹੁਣ ਸੰਗਰੂਰੋਂ ਮੁੜਿਆ ਆਊਗਾ। ਇਹਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਤਾਂ ਫਿਰ ਆ ਜਾਂਦਾ, ਘਰੇ ਆ ਜਾਂਦਾ। 15/3/2018 ਨੂੰ ਸੁਖਪਾਲ ਸਿੰਘ ਖਹਿਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲ 10 ਮੋਟਰਾਂ ਨੇ ਰਾਮਗੜ੍ਹ 'ਚ, ਕੋਈ 10 ਹਾਊਸ ਪਾਵਰ ਦੀ ਹੈ, ਕੋਈ 7.5 ਦੀ ਹੈ। ਮੈਂ ਇਹਦਾ ਸਬਸਿਡੀ ਛੱਡਣੀ ਚਾਹੁੰਦਾ ਜੀ, ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ, ਮੈਂ ਬਿੱਲ ਭਰਿਆ ਕਰੂੰ, ਮੈਂ ਸਬਸਿਡੀ ਛੱਡਣੀ ਚਾਹੁੰਦਾ। ਬੱਲੇ ਬੱਲੇ ਕਰਾ ਲਈ। ਆਹ ਹੁੰਦਾ ਬਈ, ਆਹ ਇਹ ਆ ਕੰਮ ਬਹੁਤ ਵਧੀਆ ਬਈ, ਸਬਸਿਡੀ ਛੱਡਤੀ। ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ, ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ, ਉਹ ਤੋਂ ਬਾਅਦ ਫਾਰਮ ਫੂਰਮ ਨਹੀਂ ਭਰਿਆ ਛੱਡਣ ਵਾਲਾ। ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ? 10 ਟਿਊਬਵੈੱਲ ਨੇ ਰਾਮਗੜ੍ਹ 'ਚ, 75 ਹਾਊਸ ਪਾਵਰ ਟੋਟਲ ਬਣਦੀ ਹੈ 10 ਦੀ, 4,36,500 ਰੁਪਈਆ 1 ਸਾਲ ਦਾ ਇਹਨੇ ਛੱਡਣਾ ਸੀ। ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ, ਅੰਡਾ ਉਨੀ ਛੋਟਾ ਹੁੰਦਾ ਜਾਂਦਾ, ਛੱਡਿਆ ਨਹੀਂ ਵੀਰੋ।
ਆਹ ਤਾਂ ਇਹਨਾਂ ਦੇ ਕਿਰਦਾਰ ਨੇ। ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ। ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਲੋਕ ਕਾਂਗਰਸ ਦੇ ਨਾਲ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ। ਦੇਖੋ ਗੱਲ ਆ, ਸਰਦਾਰ ਕੁਲਬੀਰ ਸਿੰਘ ਜੀਰਾ ਨੂੰ ਮੈਂ ਖੁਦ ਔਰ ਜਿੰਨੇ ਬਾਕੀ ਦੇ ਸਾਡੇ 7 MLA ਨੇ ਨੌਵਾਂ ਜੀਰਾ ਸਾਹਿਬ, ਅਸੀਂ ਆਪ ਉਹਨੂੰ ਟਿਕਟ ਦਵਾਈ ਆ ਔਰ ਸਾਰੇ MLA ਤਨਦੇਹੀ ਨਾਲ ਜੀਰਾ ਸਾਹਿਬ ਦੀ ਸਪੋਰਟ ਕਰ ਰਹੇ ਆ ਔਰ ਇੰਡੀਆ ਗਠਬੰਧਨ ਦੀ ਸਰਕਾਰ ਸੈਂਟਰ 'ਚ ਬਣਨੀ ਆ, ਇਹ ਤੈਅ ਹੋ ਚੁੱਕਿਆ ਅਤੇ ਅਸੀਂ ਕੰਪੇਨ ਕਰ ਰਹੇ ਹਾਂ। ਲੋਕਾਂ ਦੇ ਵਿੱਚ ਉਤਸ਼ਾਹ ਆ, ਲੋਕ ਕਾਂਗਰਸ ਪਾਰਟੀ ਨੂੰ ਪਾਵਰ 'ਚ ਔਰ ਉਹਨਾਂ ਦੇ ਸਹਿਯੋਗੀਆਂ ਨੂੰ ਭਾਰਤ ਸਰਕਾਰ ਦੇ ਵਿੱਚ ਸਰਕਾਰ ਬਣਾਉਣ ਦੇ ਦੇਖਣਾ ਚਾਹੁੰਦੇ ਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਆਪਣਾ ਆਪਣਾ ਚੋਣ ਪ੍ਰਚਾਰ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਅੱਜ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਅਕਬਰਪੁਰ ਪਟੇੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ NK ਸ਼ਰਮਾ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪਿੰਡ ਅਤੇ ਸ਼ਹਿਰ ਦੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਉਹਨਾਂ ਦੀ ਜਿੱਤ ਯਕੀਨੀ ਹੈ। ਪਰਮਾਤਮਾ ਦੀ ਕਿਰਪਾ ਭਾਅ ਜੀ, 450 ਪਿੰਡਾਂ ਦਾ ਮੈਂ ਦੌਰਾ ਕਰ ਲਿਆ ਨੇ, ਮਤਲਬ 3-3 ਚੱਕਰ ਮੇਰੇ ਇੱਕ ਹਲਕੇ 'ਚ ਕੰਪਲੀਟ ਹੋ ਗਏ ਆ ਔਰ ਇੱਕ ਦਿਨ 'ਚ ਮੈਂ 18 ਮੀਟਿੰਗਾਂ ਤਕਰੀਬਨ ਕਰਦਾ ਹਾਂ। ਬੜਾ ਪਿਆਰ ਲੋਕਾਂ ਦਾ ਮਿਲਿਆ, ਦੇਖੋ ਕਿੰਨੀ ਗਰਮੀ ਹੋ ਰਹੀ ਆ, ਸਾਰੇ ਪਿੰਡ ਦੇ ਪਿੰਡ ਬਾਹਰ ਆਏ ਪਏ ਆ, ਸੋ ਲੋਕ ਮੈਨੂੰ ਹਲਕੇ ਦਾ ਬੱਚਾ ਸਮਝ ਕੇ ਪੂਰਾ ਪਿਆਰ ਦੇ ਰਹੇ ਆ। ਮੈਨੂੰ ਪੂਰੀ ਉਮੀਦ ਆ ਵੀ ਬਹੁਤ ਵੱਡੀ ਲੀਡ ਨਾਲ ਮੈਂ ਜਿੱਤੂੰਗਾ। ਅੱਜ ਹਾਲਾਤ ਇਹ ਆ ਕਿ ਸਾਡੇ ਸਾਰੇ ਵਰਕਰ ਲੀਡਰ ਇਲਾਕੇ ਦਾ ਵੀ ਪਿਆਰ ਮਿਲ ਰਿਹਾ ਹੈਗਾ, ਇੱਕਜੁੱਟ ਹੋ ਕੇ ਚੋਣ ਲੜ ਰਹੇ ਹਾਂ। ਦੂਸਰੇ ਪਾਸੇ ਕਾਂਗਰਸ ਦਾ ਕਾਂਗਰਸੀ ਵਿਰੋਧ ਕਰ ਰਹੇ ਹਾਂ, BJP ਦਾ BJP ਵਿਰੋਧ ਕਰ ਰਹੀ ਆ ਅਤੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਇੱਕਮਿੱਕ ਹੋ ਕੇ ਕਰ ਰਿਹਾ। ਸੋ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਆ, ਇਹਨੀ 1-1.5 ਲੱਖ ਵੋਟਰ ਨਾਲ ਆਪਾਂ ਜਿੱਤਾਂ। ਸੀਨੀਅਰ ਕਾਂਗਰਸੀ ਆਗੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਨੇ। ਇਸ ਤਹਿਤ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਹਲਕੇ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਜ਼ਿਲ੍ਹਾ ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਸਚਿਨ ਪਾਇਲਟ ਅਤੇ ਵਿਜੇ ਇੰਦਰ ਸਿੰਗਲਾ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਦੇਸ਼ ਦੀ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ ਅਤੇ ਦੇਸ਼ ਦੇ ਉਦਯੋਗਪਤੀਆਂ ਨੂੰ ਅਮੀਰ ਕਰਕੇ ਆਮ ਲੋਕਾਂ ਨੂੰ ਗਰੀਬ ਕੀਤਾ ਹੈ। ਉਹਨਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਹੁਣ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਭਾਜਪਾ ਦੇ 400 ਪਾਰ ਦੇ ਨਾਅਰੇ ਦੀ ਫੂਕ ਨਿਕਲੇਗੀ। चुनाव इस बात पर है कि लगातार 10 सालों से संवैधानिक संस्थाओं को नीतिगत तरीके से खोखला करने का काम किया जा रहा है। लोगों की विश्वसनीयता जो कम हो रही है, आस्था कम हो रही है संस्थाओं के ऊपर, वह चिंता का विषय है। तो संविधान के जो प्रावधान हैं उसको बदलने की बार बार चुनौती दी जाती है। तो ये चुनाव इन सब मुद्दों को लेकर लोग लड़ रहे हैं। मुझे पूरा विश्वास है कि इस क्षेत्र में ऐतिहासिक बहुमत लेकर सिंगला जी जीतेंगे। कोई दम नहीं है नारों में जी। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਤੇ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਅੱਜ ਅੰਮ੍ਰਿਤਸਰ ਦੇ ਮਿਊਂਸੀਪਲ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਔਜਲਾ ਨੇ ਕਿਹਾ ਕਿ ਇੱਥੇ ਦੇ ਲੋਕ ਵੱਡੀਆਂ ਪਰੇਸ਼ਾਨੀਆਂ ਝੱਲ ਰਹੇ ਨੇ ਕਿਉਂਕਿ ਸਰਕਾਰ ਨੇ 2 ਸਾਲਾਂ ਤੋਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ, ਜਿਸ ਦੇ ਕਾਰਨ ਲੋਕਾਂ ਦੀਆਂ ਦਿੱਕਤਾਂ ਵਧੀਆਂ ਨੇ। ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ ਅਤੇ ਨਾ ਹੀ ਸਾਫ਼ ਸਫਾਈ ਦਾ ਬਿਹਤਰ ਪ੍ਰਬੰਧ ਹੈ। ਰੋਸ ਮਾਰਚ ਕੀਤਾ ਤਾਂ ਕਿ ਘੱਟੋ ਘੱਟ ਲੋਕ ਅਵੇਅਰ ਹੋਣ, ਇਸ ਸਰਕਾਰ ਨੂੰ ਜਵਾਬ ਪੁੱਛਣ
ਵੀ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜਾਏ। ਸਾਰੇ ਲੀਡਰ ਲੋਕਾਂ ਕੋਲ ਜਾ ਰਹੇ ਆ, 2 ਸਾਲ ਤੋਂ ਇਲੈਕਸ਼ਨ ਨਹੀਂ ਹੋਈ, ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਭਗੌੜੀ ਜਿਹੜੀ ਪਹਿਲਾਂ ਹਾਰ ਬਣ ਚੁੱਕੀ ਹੈ, ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ, ਲੋਕਾਂ ਦੇ ਰਾਈਟ ਹੋਏ ਨੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਡਰ-19 ਮਹਿਲਾ ਕ੍ਰਿਕਟ ਲੀਗ ਦੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਨੇ, ਜਿਸ ਤਹਿਤ 12 ਮਈ ਨੂੰ ਰੋਪੜ ਵਿਖੇ ਕਰਵਾਏ ਗਏ ਕ੍ਰਿਕਟ ਲੀਗ ਮੁਕਾਬਲੇ ਵਿੱਚ ਭਾਗ ਲੈਣ ਗਈਆਂ ਅੰਡਰ-19 ਮਹਿਲਾ ਕ੍ਰਿਕਟ ਜ਼ਿਲ੍ਹਾ ਬਠਿੰਡਾ ਦੀ ਟੀਮ ਦੀਆਂ 2 ਮਹਿਲਾ ਖਿਡਾਰਨਾਂ ਕਨਕ ਯਾਦਵ ਅਤੇ ਉਮੰਗ ਸਮੇਤ ਕੋਚ ਸੰਜੀਵ ਸਹਾਰਨ ਰੋਪੜ ਤੋਂ ਰਾਤ ਸਮੇਂ ਘਰ ਪਰਤਦੇ ਸਮੇਂ ਗੋਨਿਆਣਾ ਨਜ਼ਦੀਕ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿੱਚ 3 ਖਿਡਾਰਨਾਂ ਤੋਂ ਇਲਾਵਾ ਟੀਮ ਦੇ ਕੋਚ ਵੀ ਸਨ, ਜਿਨ੍ਹਾਂ ਨੂੰ ਬਠਿੰਡਾ ਦੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਜ਼ਖਮੀ ਮਹਿਲਾ ਖਿਡਾਰੀਆਂ ਅਤੇ ਕੋਚ ਦਾ ਹਾਲ ਚਾਲ ਜਾਣਿਆ। ਇਸ ਦੌਰਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਾਕੀਆਂ ਨੂੰ ਛੁੱਟੀ ਮਿਲ ਗਈ ਹੈ, ਇੱਕ ਮਹਿਲਾ ਖਿਡਾਰਨ ਦਾ ਇਲਾਜ ਹਾਲੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਇਲਾਜ ਦਾ ਸਾਰਾ ਖਰਚਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਚੁੱਕੇਗੀ। ਦੇਖੋ, ਬਹੁਤ ਹੀ ਅੱਛੀ ਤਰੀਕੇ ਨਾਲ ਲੜਕੀਆਂ, ਬਹੁਤ ਹੀ ਪਰਫੋਰਮਿੰਗ ਲੜਕੀਆਂ ਖੇਡ ਰਹੀ ਸੀ, ਔਰ ਈਵਨ ਉਸ ਦਿਨ ਉਹ ਰੋਪੜ ਤੋਂ ਮੈਚ ਖੇਡ ਕੇ ਵਾਪਸ ਆ ਰਹੀਆਂ ਸੀ, ਮੈਚ ਵੀ ਜਿੱਤਿਆ ਉਹਨਾਂ ਨੇ, ਔਰ ਬਹੁਤ ਹੀ ਛੋਟੀ ਉਮਰ 'ਚ ਉਹਨਾਂ ਨੇ ਬਹੁਤ ਅੱਛਾ ਖੇਡ ਰਹੀਆਂ ਸੀ। ਬੜਾ ਦੁੱਖ ਹੋਇਆ ਵੀ ਇੱਥੇ ਜਦੋਂ ਬਠਿੰਡੇ ਆ ਰਹੀਆਂ ਸੀ ਤਾਂ ਉਹਨਾਂ ਦਾ ਰਸਤੇ 'ਚ ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋਣ ਕਰਕੇ ਉਹਨਾਂ ਨੂੰ ਦਿੱਲੀ ਹਰਟ 'ਚ ਐਡਮਿਟ ਕਰਾਇਆ ਗਿਆ, ਉਹਨਾਂ ਦਾ ਪ੍ਰੋਪਰ ਇਲਾਜ ਹੋ ਰਿਹਾ ਸੀ। ਜਦੋਂ ਮੇਰੀ ਨੌਲੇਜ 'ਚ ਆਇਆ ਵੀ ਇਸ ਤਰ੍ਹਾਂ ਦਾ ਹੋਇਆ ਤਾਂ ਅਸੀਂ ਇਮੀਡੀਏਟਲੀ PCA ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਚੱਕਿਆ ਅਤੇ ਅਸੀਂ ਇਹ ਡਿਸਾਈਡ ਕੀਤਾ ਵੀ ਇਹਨਾਂ ਦਾ ਸਾਰਾ ਖਰਚਾ ਜੋ ਹੈ ਉਹ PCA ਬੀਅਰ ਕਰੇਗੀ। ਅਤੇ ਅੱਜ ਮੈਂ ਜਾ ਕੇ ਉਹਨਾਂ ਦਾ ਪਤਾ ਵੀ ਲੈ ਕੇ ਆਇਆ ਅਤੇ ਮੈਂ ਉਹਦੇ ਪੇਰੈਂਟਸ ਨੂੰ ਵੀ ਮਿਲਿਆ, ਜਿਸ 'ਚੋਂ 2 ਜਣੇ ਡਿਸਚਾਰਜ ਹੋ ਚੁੱਕੇ ਹੈ, 1 ਲੜਕੀ ਹਜੇ ਐਡਮਿਟ ਹੈ ਜਿਹਨੂੰ ਥੋੜ੍ਹੀ ਸੱਟ ਜ਼ਿਆਦਾ ਹੈਗੀ ਹੈ, ਅਤੇ ਉਹ ਅਸੀਂ ਵਾਹਿਗੁਰੂ ਕੋਲ ਪਰਮਾਤਮਾ ਕੋਲ ਅਰਦਾਸ ਕਰਾਂਗੇ ਵੀ ਜਿੰਨਾ ਜਲਦੀ ਹੋ ਸਕੇ ਠੀਕ ਹੋ ਜਾਏ, ਅਤੇ ਜੋ ਵੱਧ ਤੋਂ ਵੱਧ ਹੈਲਪ ਸਾਡੇ ਵੱਲੋਂ ਹੋ ਸਕੀ ਅਸੀਂ ਕੀਤੀ ਵੀ ਹੈ ਅਤੇ ਅੱਗੇ ਵੀ ਕਰ। 1984 ਸਿੱਖ ਕਤਲਿਆਂ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਅਤੇ 1984 ਵਿੱਚ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਦਾ ਹਵਾਲਾ ਦਿੰਦਿਆਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਦਾ ਬਾਈਕਾਟ ਕਰੇ। 1984 ਸਿੱਖ ਕਤਲਿਆਂ ਪੀੜਤ ਵੈਲਫੇਅਰ ਸੁਸਾਇਟੀ ਦੇ ਆਗੂ ਅਤੇ ਪੀੜਤ ਪਰਿਵਾਰ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ। 1984 ਦੀ ਕਤਲੇਆਮ ਪੀੜਤ ਪਰਿਵਾਰ, ਉਹਨਾਂ ਦੀਆਂ ਵਿਧਵਾਵਾਂ ਬੀਬੀਆਂ ਅਤੇ 1984 ਦੇ ਕਤਲੇਆਮ ਪੀੜਤ ਪਰਿਵਾਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਵਿਖੇ ਨਤਮਸਤਕ ਹੋਣ ਲਈ ਅਸੀਂ ਇੱਥੇ ਆਏ ਹਾਂ। ਪਰਿਵਾਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ 1984 ਦੇ ਕਤਲੇਆਮ ਦੌਰਾਨ ਸਾਡੇ ਭੈਣਾਂ ਦਾ ਸੁਆਗ ਉਜਾੜ ਦਿੱਤੇ ਗਏ ਸਨ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ ਸਨ। ਉਹ ਵਿਧਵਾਵਾਂ ਭੈਣਾਂ ਨੇ ਮੇਰੀਆਂ ਬੈਠੀਆਂ ਨੇ, ਜਿਨ੍ਹਾਂ ਦੇ ਇੱਕ ਪਰਿਵਾਰ ਵਿੱਚੋਂ 5-5 6-6 ਜੀਆਂ ਦਾ ਕਤਲੇਆਮ ਕੀਤਾ ਗਿਆ ਸੀ। ਉਹ ਪਰਿਵਾਰ ਅੱਜ ਅਸੀਂ ਦਰਬਾਰ ਸਾਹਿਬ ਆਏ ਹਾਂ। 1 ਜੂਨ ਨੂੰ ਜਿਹੜੀ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ, ਅਸੀਂ ਪੰਜਾਬ ਵਾਸੀਆਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ ਇਹ ਬੇਨਤੀ ਕਰਦੇ ਹਾਂ ਕਿ 1 ਜੂਨ ਨੂੰ ਇੰਦਰਾ ਗਾਂਧੀ ਨੇ ਪੰਜਾਬ ਵਿੱਚ ਕਰਫਿਊ ਲਗਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਧਾਮ ਜਿਹੜੇ ਸਨ ਪੰਜਾਬ ਦੇ ਵਿੱਚ ਇਤਿਹਾਸਕ ਗੁਰਧਾਮਾਂ 'ਤੇ ਟੈਂਕਾਂ ਤੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਗੁਰਧਾਮਾਂ ਨੂੰ ਟੈਰੀਟਰੀ ਕੀਤਾ ਗਿਆ। ਅਕਾਲ ਤਖਤ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ, ਸ਼੍ਰੀ ਹਰਿਮੰਦਰ ਸਾਹਿਬ 'ਤੇ ਗੋਲੀਆਂ ਚੱਲੀਆਂ ਗਈਆਂ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ, ਸਾਡੇ ਗੁਰੂ ਗ੍ਰੰਥ ਸਾਹਿਬ ਸ਼ਹੀਦ ਕੀਤੇ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸੀ, ਹਜ਼ਾਰਾਂ ਹੀ ਸੰਗਤਾਂ
ਇੱਥੇ ਨਤਮਸਤਕ ਹੋਣ ਲਈ, ਗੁਰਪੁਰਬ ਮਨਾਉਣ ਵਾਸਤੇ ਸ਼੍ਰੀ ਹਰਿਮੰਦਰ ਸਾਹਿਬ ਆਈਆਂ ਹੋਈਆਂ ਸਨ। ਸਾਡੀਆਂ ਭੈਣਾਂ ਵੀਰਾਂ ਨੂੰ, ਬਜ਼ੁਰਗਾਂ ਨੂੰ, ਪਚੰਗੀਆਂ ਨੂੰ, ਬੱਚਿਆਂ ਨੂੰ ਟੈਂਕਾਂ ਤੋਂ ਪਰਾਂ ਦਾ ਇੱਥੇ ਉਡਾ ਦਿੱਤਾ ਗਿਆ, ਗੋਲੀਆਂ ਮਾਰੀਆਂ ਗਈਆਂ। ਇਹ ਸਾਰਾ ਕੁਝ ਇੰਦਰਾ ਗਾਂਧੀ ਨੇ ਕਰਵਾਇਆ ਸਿੱਖਾਂ ਨੂੰ, ਸਿੱਖੀ ਨੂੰ ਖਤਮ ਕਰਨ ਵਾਸਤੇ। ਸਾਡੇ ਗੁਰਧਾਮਾਂ ਨੂੰ ਬਹੁਤ ਵੱਡੇ ਨੁਕਸਾਨ ਪਹੁੰਚਾਏ ਗਏ, ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਗਿਆ, ਹਰਿਮੰਦਰ ਸਾਹਿਬ ਤੋਂ ਵੀ ਗੋਲੀ ਚਲਾਈਆਂ ਗਈਆਂ, ਗੁਰੂ ਗ੍ਰੰਥ ਸਾਹਿਬ ਸ਼ਹੀਦ ਕੀਤੇ ਗਏ। ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ ਰਾਜੀਵ ਗਾਂਧੀ ਨੇ ਦਿੱਲੀ ਦੇ ਵਿੱਚ 3 ਦਿਨ 3 ਰਾਤਾਂ 10,000 ਸਿੱਖਾਂ ਦਾ ਕਤਲੇਆਮ, ਦਿੱਲੀ, ਕਾਨਪੁਰ, ਬੁਖਾਰੋ, ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ 'ਚ ਰਾਜੀਵ ਗਾਂਧੀ ਨੇ ਨਾਰਾ ਦਿੱਤਾ, ਜਬ ਕੋਈ ਬੜਾ ਪੇੜ ਗਿਰਤਾ ਧਰਤੀ ਹਿਲਤੀ ਹੈ। ਅੱਜ ਖਾਲਸਾ ਜੀ 40 ਸਾਲ ਹੋ ਗਏ ਨੇ। ਮੈਂ ਪੰਜਾਬ ਦੇ ਪੰਜਾਬ ਵਾਸੀਆਂ ਨੂੰ, ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ, ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਿਹੜੇ ਅੰਮ੍ਰਿਤਧਾਰੀ ਸਿੰਘ ਨੇ, ਜਿਹੜੇ ਸਤਨਾਮ ਵਾਹਿਗੁਰੂ ਦਾ ਸਵੇਰੇ ਜਾਪ ਕਰਦੇ ਨੇ, ਮੇਰੀ ਉਹਨਾਂ ਦੇ ਚਰਨਾਂ ਵਿੱਚ, ਪੰਜਾਬ ਵਾਸੀ ਦੇ ਚਰਨਾਂ ਵਿੱਚ ਬੇਨਤੀ ਹੈ, ਜੋ ਕਾਂਡ ਗਾਂਧੀ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਹੈ, ਜਿੰਨਾ ਵੱਡਾ ਨੁਕਸਾਨ ਪੰਜਾਬ ਦਾ, ਪੰਜਾਬੀਅਤ ਦਾ ਜੋ ਗਾਂਧੀ ਪਰਿਵਾਰ ਨੇ ਕੀਤਾ, ਮੈਂ ਇਸ ਮਨੁੱਖ ਦੇ ਇਤਿਹਾਸ ਦਾ ਗਵਾਹ ਕੋਈ ਨਹੀਂ ਕਰ ਸਕਦਾ। ਸਾਨੂੰ ਭੁੱਲਣਾ ਨਹੀਂ ਚਾਹੀਦਾ। 1 ਜੂਨ ਨੂੰ ਆਪਾਂ ਸਾਰੇ ਸਵੇਰੇ ਉੱਠ ਕੇ ਅੰਤਰ ਧਿਆਨ ਹੋਈ ਅਕਾਲ ਤਖਤ ਸਾਹਿਬ ਵੱਲ ਆਪਣਾ ਮੁੱਖ ਕਰਕੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ, ਪਹਿਲੀ ਪੌੜੀ ਦਾ ਪਾਠ ਕਰੋ। ਇਹ ਜਿਹੜੇ 13 ਇੱਥੇ ਕਾਂਗਰਸੀ ਜਿਹੜੇ ਦਰਿੰਦੇ ਖੜ੍ਹੇ ਨੇ, ਜਿਹੜੇ ਮੈਂਬਰ ਪਾਰਲੀਮੈਂਟ ਖੜ੍ਹੇ ਨੇ, ਇਹ ਮੈਂ ਸਮਝਣਾ ਇਹ ਕੌਮ ਦੇ ਗਦਾਰ ਨੇ, ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਨਹੀਂ। ਮੈਂ ਸਮਝਣਾ ਇਹ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਇਹਨਾਂ ਨੂੰ ਲਾਂਹਤੇ ਨਾ ਕਾਂਗਰਸੀ ਲੀਡਰਾਂ ਨੂੰ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਾਡੇ ਗੁਰਧਾਮ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕੀਤਾ ਹੋਵੇ ਟੈਂਕਾਂ ਤੋਪਾਂ ਦੇ ਨਾਲ, ਹਰਿਮੰਦਰ ਸਾਹਿਬ ਦੇ ਗੁੱਲੇ ਚੱਲੀਆਂ ਹੋਣ, ਸਾਡੇ ਹਜ਼ਾਰਾਂ ਸਿੱਖਾਂ ਦਾ 84 ਕਤਲੇਆਮ ਹੋਇਆ ਹੋਵੇ, ਹਰਿਮੰਦਰ ਸਾਹਿਬ ਦੇ ਵਿੱਚ ਨੂੰ ਲਾਲ ਕਰ ਦਿੱਤਾ ਗਿਆ, ਇੰਨੀ ਸ਼ਹੀਦੀਆਂ ਸਾਡੀਆਂ ਹੋਈਆਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਆਈਆਂ ਨੇ। ਅੱਜ ਅਸੀਂ ਉਹਨਾਂ ਨੂੰ ਬੂਟਾ ਪਾ ਕੇ ਅਤੇ ਉਹਨਾਂ ਨੂੰ ਇੱਥੋਂ ਜਿਤਾਉਂਦੇ ਹਾਂ। ਇਸੇ ਕੌਮ ਵਾਸਤੇ ਜਿਹੜੇ ਪਹਿਲਾਂ ਵੀ ਜਿੱਤੇ ਨੇ, ਬਦਲ ਬੜੀ ਸ਼ਰਮ ਦੀ ਗੱਲ ਅਸੀਂ ਸਮਝਦੇ ਹਾਂ। ਜਿਹੜਾ ਅਸਲੀ ਸਿੱਖ ਹੈ ਉਹ ਅੰਤਰ ਧਿਆਨ ਹੋ ਗਿਆ, 1 ਜੂਨ ਨੂੰ ਕਾਂਗਰਸ ਦਾ ਬਾਈਕਾਟ ਕਰੋ ਅਤੇ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਓ। ਜਿੰਨੇ ਪੰਜਾਬੀ ਹੈਗੇ ਨੇ, ਮੈਂ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਉਣ ਆਈ ਹਾਂ। ਉਹ 84 ਦਾ ਉਹ ਸਾਡੇ ਜ਼ਖਮ ਹੱਲੇ ਆ, ਸਾਡੇ ਜ਼ਖਮ ਰਿਸ ਰਹੇ ਆ। ਖਾਸ ਕਰਕੇ ਕਿਉਂ ਰਿਸ ਰਹੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ 'ਤੇ, ਅਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ, ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ, ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਸਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ। ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਹਾਂ, ਉਹ ਪੰਜਾਬੀਓ ਤੁਹਾਨੂੰ ਵਾਸਤਾ ਰੱਬ ਦਾ, ਜਦੋਂ 1 ਜੂਨ ਆਵੇ ਵੋਟਾਂ ਪਾਉਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋ ਗਏ ਸੀ, ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋ ਗਏ ਸੀ, ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ, ਕਿਵੇਂ ਸਿੰਘ ਸਿੰਘਣੀਆਂ ਭਚੰਗੀਆਂ ਦੀਆਂ ਲਾਸ਼ਾਂ ਪਈਆਂ ਸਨ ਇੱਥੇ। ਅਤੇ ਉਸ ਤੋਂ ਬਾਅਦ 1984 ਨਵੰਬਰ ਵੀ ਯਾਦ ਕਰਿਓ, ਜਦੋਂ 3 ਦਿਨ ਅਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ, ਪੰਜਾਬੀਆਂ ਨੂੰ ਜਿਹਦੇ ਹੱਥ ਵਿੱਚ ਕੜਾ ਪਿਆ ਸੀ, ਜਿਹਦੇ ਸਿਰ 'ਤੇ ਪੱਗ ਬੰਨੀ ਸੀ, ਜਿਹੜਾ ਕੋਈ ਟਰੱਕ ਡਰਾਈਵਰ ਪੰਜਾਬ ਤੋਂ ਗਿਆ ਸੀ, ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ। ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਝੋਲੀ ਅੱਡ ਕੇ ਅਪੀਲ ਕਰਦੀ ਹਾਂ, ਉਹ ਮੇਰੇ ਵੀਰੋ, ਬਜ਼ੁਰਗੋ, ਮਾਤਾਓ, ਭੈਣੋ, ਬੱਚਿਓ, ਸਾਰਿਆਂ ਨੂੰ ਸਾਡਿਆਂ ਜ਼ਖਮਾਂ ਦਾ ਵਾਸਤਾ, ਸਾਡੀਆਂ ਉਹਨਾਂ ਦੁੱਖਾਂ ਦਾ ਵਾਸਤਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ 'ਤੇ ਲੈ ਕੇ ਤੁਰ ਰਹੇ ਹਾਂ, ਤੁਹਾਨੂੰ ਵਾਸਤਾ ਹੈ ਉਹਨਾਂ ਦਾ, ਉਹਨਾਂ 'ਤੇ ਮਰਮ ਲਗਾਓ। 1 ਜੂਨ ਨੂੰ ਇਹਨਾਂ ਕਾਂਗਰਸੀਆਂ ਦਾ
ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਭਜਾਓ। ਪੰਜਾਬ ਵਿੱਚ ਆਏ ਦਿਨ ਵਾਪਰਦੇ ਸੜਕ ਹਾਦਸਿਆਂ ਵਿੱਚ ਸੈਂਕੜੇ ਲੋਕ ਆਪਣੀ ਜਾਨ ਗਵਾਉਂਦੇ ਨੇ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਐਕਟਿਵਾ ਸਵਾਰ ਪਤੀ ਪਤਨੀ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਆਈਟੀਆਈ ਦੇ ਕੋਲ ਇੱਕ ਟਿੱਪਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਤੀ ਜ਼ਖਮੀ ਹੋ ਗਿਆ। ਉੱਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਮੇਰੇ ਪਿਤਾ ਜੀ ਸੀਗੇ ਚਮਨ ਲਾਲ ਜੀ। ਇਹ ਜੀ ਅੱਜ ਵੀਰਵਾਰ ਪਿੰਡ ਉਹ ਮੱਥਾ ਟੇਕ ਕੇ ਆਉਂਦੇ ਸੀਗੇ, ਸਾਡੇ ਪਿੰਡ ਸੀਗੇ ਸ਼ਲੁੱਪਰ ਸ਼ਾਮ ਚੁਰਾਸੀ ਦੇ ਕੋਲ, ਉੱਧਰੋਂ ਮੱਥਾ ਟੇਕ ਕੇ ਆ ਰਹੇ ਸੀ। ਮੇਰੇ ਮਾਤਾ ਜੀ ਵੀ ਪਿੱਛੇ ਬੈਠੇ ਸੀ ਐਕਟਿਵਾ 'ਤੇ ਇਹਨਾਂ 'ਤੇ, ਅਤੇ ਜਦੋਂ ਆਉਂਦੇ ਹੋਏ ਇੱਥੇ ITI ਦੇ ਸਾਹਮਣੇ ਟਰੂ ਵੈਲਿਊ ਦੇ ਕੋਲ ਨਾ ਇਹਨਾਂ ਦੀ ਐਕਟਿਵਾ ਦੇ ਵਿੱਚ ਪਿੱਛੋਂ ਲਿਆ ਕੇ ਕਿਸੇ ਨੇ ਗੱਡੀ ਮਾਰੀ। ਇਹ ਜਦਕਿ ਸਾਈਡ 'ਤੇ ਤੁਰੇ ਐਕਟਿਵਾ 'ਤੇ ਮੌਕੇ ਦੇ ਉੱਤੇ ਤਾਂ ਮੈਂ ਉੱਥੇ ਨਹੀਂ ਸੀਗਾ, ਵੈਸੇ ਉੱਥੇ ਕੈਮਰੇ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀ ਪਈ ਹੈਗੀ। ਇਹਨਾਂ ਨੇ ਹੈਲਮਟ ਪਾਇਆ ਸੀ ਅਤੇ ਬਿਲਕੁਲ 10 ਦੀ ਸਪੀਡ 'ਤੇ ਸੀਗੇ ਹੌਲੀ ਹੌਲੀ, ਠੀਕ ਹੈ ਜੀ। ਅੱਗੇ ਕੋਈ ਬੱਸ ਖੜੀ ਸੀ ਉਹਦੇ ਕਰਕੇ ਹੌਲੀ ਹੋ ਗਏ ਸੀ। ਇੱਕ ਟਰੱਕ ਪਿੱਛੋਂ ਆਇਆ, ਪਿੱਛੋਂ ਆ ਕੇ ਉਹਨੇ ਸਾਈਡ ਮਾਰੀ ਐਕਟਿਵਾ ਦੇ ਵਿੱਚ, ਅਤੇ ਉਹ ਮਾਤਾ ਜੀ ਮੇਰੇ ਪਿੱਛੇ ਨੂੰ ਡਿੱਗ ਪਏ। ਸਿਰ 'ਤੇ ਸੱਟ ਚ ਲੱਗਣ ਦੇ ਕਾਰਨ ਉਹਨਾਂ ਦੇ ਫਿਰ ਉੱਥੇ ਥਾਂ ਹੀ ਸ਼ਾਇਦ ਪੂਰੇ ਹੋ ਗਏ, ਜਾਂ ਪੋਸਟਮਾਰਟਮ 'ਚ ਪਤਾ ਲੱਗੇਗਾ। ਸਾਨੂੰ ਫੋਨ ਆਇਆ ਤਾਂ ਅਸੀਂ ਜਦੋਂ ਪਹੁੰਚੇ ਤਾਂ ਮਾਤਾ ਜੀ ਦੀ ਡੈਥ ਹੋ ਚੁੱਕੀ ਸੀਗੀ। ਦੁਬਈ ਦੀ ਮਰਚੈਂਟ ਨੇਵੀ ਦੀ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਹੇ 9 ਕਰੋੜ ਭਾਰਤੀਆਂ ਨੂੰ ਈਰਾਨ ਦੀ ਮਰਚੈਂਟ ਨੇਵੀ ਨੇ ਕੈਦ ਕਰ ਲਿਆ। ਇਹਨਾਂ ਵਿੱਚ ਹੁਸ਼ਿਆਰਪੁਰ ਅਤੇ ਪਠਾਨਕੋਟ ਦਾ ਇੱਕ ਇੱਕ ਨੌਜਵਾਨ ਸ਼ਾਮਲ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਹੁਸ਼ਿਆਰਪੁਰ ਦੇ ਪਿੰਡ ਖਲੋਤਾ ਦੇ 22 ਸਾਲਾ ਕਰੂ ਮੈਂਬਰ ਮਨੋਜ ਕੁਮਾਰ ਦੇ ਪਿਤਾ ਨੇ ਕੀਤਾ ਹੈ। ਪਵਨ ਕੁਮਾਰ ਨੇ ਦੱਸਿਆ ਕਿ ਉਸਦਾ ਪੁੱਤਰ 5 ਮਹਾਂਸਾਗਰੀ ਕੰਪਨੀ ਵਿੱਚ ਦੁਬਈ ਵਿੱਚ ਕੰਮ ਕਰਦਾ ਸੀ। ਉਹ ਹਾਲ ਹੀ ਵਿੱਚ 9 ਕਰੂ ਮੈਂਬਰਾਂ ਦੇ ਨਾਲ ਰਾਜੀਕਾ ਬੰਦਰਗਾਹ ਜਾਂਜੀਵਾਰ ਤੋਂ ਈਰਾਨ ਲਈ ਰਵਾਨਾ ਹੋਇਆ ਸੀ। ਉੱਥੇ ਪਹੁੰਚ ਕੇ ਈਰਾਨ ਦੀ ਮਰਚੈਂਟ ਨੇਵੀ ਨੇ ਉਹਨੂੰ ਪਹਿਲੇ ਕੁਝ ਦਿਨ ਬੰਦਰਗਾਹ 'ਤੇ ਰੱਖਿਆ ਅਤੇ ਫਿਰ 15 ਮਈ ਨੂੰ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾਣ ਦੇ ਬਹਾਨੇ ਉਹਨਾਂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਉਸਦੇ ਪੁੱਤਰ ਦਾ ਸਿਰਫ ਇੱਕ ਵੌਇਸ ਮੈਸੇਜ ਆਇਆ, ਜਿਸ ਵਿੱਚ ਉਸਨੇ ਦੱਸਿਆ ਕਿ ਜਹਾਜ਼ ਦੇ ਸਾਰੇ 9 ਭਾਰਤੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਉਹਨਾਂ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ। ਪੀੜਤ ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਈਮੇਲ ਭੇਜੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਮਨੋਜ ਕੁਮਾਰ ਜੀ 22 ਸਾਲ ਉਮਰ ਹੈ ਉਹਨਾਂ ਦੀ, ਉਹ ਗਏ ਸੀ ਦੁਬਈ ਦੇ ਵਿੱਚ ਕਲਕੱਤੇ ਕੋਰਸ ਕਰਕੇ, ਮਰਚੈਂਟ ਨੇਵੀ ਦਾ ਕੋਰਸ ਕਰਕੇ। ਉਹ ਕਲਕੱਤੇ ਦੁਬਈ ਦੇ ਅੰਮ੍ਰਿਤਸਰ 2022 ਦੀ ਫਲੈਟ ਉਹਦੀ ਹੋਈ ਸੀ ਅੰਮ੍ਰਿਤਸਰ ਤੋਂ 14 ਜਨਵਰੀ ਨੂੰ। ਕਿੱਥੇ ਗਿਆ ਉਹ, ਮਤਲਬ ਉਹਦੀ ਸ਼ਿਫਟ ਜਿਹੜੀ ਕਿੱਥੇ ਜਾ ਰਹੀ ਸੀ? ਦੁਬਈ ਨੂੰ, ਦੁਬਈ ਕੰਮ ਕਰਦਾ ਸੀਗਾ। ਫਿਰ ਈਰਾਨ ਦੇ ਵਿੱਚ ਕਿੱਦਾਂ ਪਕੜੇ ਗਏ, ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ? ਇਹ ਸਾਨੂੰ ਕੁਛ ਨਹੀਂ ਪਤਾ ਜੀ, ਰਾਫ ਆ ਗਿਆ ਕਿਤੇ, ਪਤਾ ਨਹੀਂ ਕੀ ਘਟਨਾ ਬੀਤ ਗਈ, ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ, ਮੈਂ ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਜੀ। ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ। ਅਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ, ਕਿੰਨੇ ਦਿਨ ਹੋਏ? 5-6 ਦਿਨ ਹੋ ਗਿਆ ਸਾਡੇ ਨਾਲ ਗੱਲਬਾਤ, ਕੋਈ ਨਹੀਂ ਹੁੰਦੀ। ਫੋਨ ਉਹਨਾਂ ਨੇ ਖੋਲ੍ਹੇ ਹੈ, CDC ਖੋਲ੍ਹੀਆਂ, ਪਾਸਪੋਰਟ ਖੋਲ੍ਹੇ ਹੈ ਜੀ ਬਸ। ਅਤੇ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ, ਮਤਲਬ ਕਿੰਨੇ ਕੁ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ? 9 ਬੱਚੇ ਜੀ ਇੰਡੀਆ ਦੇ ਹੈ, 2 ਪੰਜਾਬ ਦੇ ਹੈ, ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹੇ ਥੋੜ੍ਹੇ ਹੈ ਜੀ। ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿਹਨਾਂ ਕਿਹਨਾਂ ਨੂੰ ਮਿਲਿਓ, ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ, ਕਿਸੇ ਨੂੰ ਮਿਲਿਓ? ਹਾਂਜੀ ਜੀ, ਸੋਮ ਪ੍ਰਕਾਸ਼ ਤੋਂ ਵੀ ਕੱਲ੍ਹ ਗਏ ਸੀ। ਹਾਂਜੀ, ਕੀ ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਵੀ ਮੇਲ ਕਰ ਦਿਓ ਸਾਨੂੰ, ਵਿਦੇਸ਼ ਮੰਤਰੀ ਨੂੰ ਮੇਲ ਕਰ ਚੁੱਕੇ ਹਾਂ, ਹਰ ਮੇਲਾਂ ਅਸੀਂ ਪਾ ਚੁੱਕੇ ਹਾਂ ਜੀ, ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ, ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ, ਧੰਨਵਾਦ।